ਅਸਲਾਮੁ ਅਲੈਕੁਮ ਜੀ। ਇਹ ਜਨਾਬ ਜਿਪਸਮ ਬੋਰਡ ਦਾ ਕਟਾਈ ਵਾਲਾ ਹਿੱਸਾ, ਇਹ ਉਂਝ ਨਹੀਂ ਲੱਗਣਾ ਹੈ ਜਿਸ ਤਰ੍ਹਾਂ ਦੂਸਰਾ ਓਰਿਜਨਲ ਪੀਸ ਲੱਗਦਾ। ਇਹ ਜਿਹੜਾ ਕਟਾਈ ਵਾਲਾ ਹਿੱਸਾ, ਇਹਦਾ ਲਾਜ਼ਮੀ ਤੋਂ ਪੇਪਰ ਲਾਉਣਾ ਪੈਂਦਾ। ਪੇਪਰ ਆਸਾਨੀ ਨਾਲ ਲਾਉਣ ਵਾਸਤੇ ਤੁਸੀਂ ਉੱਤੇ ਪਾਣੀ ਲਾ ਲਓ, ਇਹਦੇ ਨਾਲ ਪੇਪਰ ਨਰਮ ਹੋ ਕੇ ਆਸਾਨੀ ਨਾਲ ਉਤਰ ਜਾਏ, ਅਤੇ ਇਹਦੇ ਨਾਲ ਬੇਸ਼ੱਕ ਤੁਸੀਂ ਇਹ ਸਕੀਨ ਨਾਲ ਜਿਹੜਾ ਨਾ ਆਪਣਾ ਲਾ ਸਕਦੇ ਹੋ। ਇਹਦੇ ਨਾਲ ਜ਼ੋਰ ਜਿਹੜਾ ਉਹ ਸਹੀ ਪਕੜ ਕਰਦਾ। ਇਹ ਹੁਣ ਜਨਾਬ ਅਸਾਂ ਜੈਨ ਛਿਲਿਆ, ਅਤੇ ਇਹ ਵੇਖੋ ਜਿਪਸਮ ਜੋੜ ਮਿਕਸ ਕਰਕੇ, ਅਤੇ ਇਹਨੂੰ ਜੇ ਨਾ ਕਵਰ ਕਰਨਾ, ਇਹਨੂੰ ਭਰਨਾ। ਇਹ ਭਰ ਕੇ ਇਹ ਵੇਖੋ, ਇਹ ਮਜੂਨ ਹੈ ਜੁਆਇੰਟ ਕੰਪਾਊਂਡ। ਇਹ ਜਨਾਬ ਉੱਤੇ ਵੇਖੋ ਹੁਣ ਪੱਟੀ ਲਾਉਣ ਲੱਗੇ ਹਨ ਜੁਆਇੰਟ ਟੇਪ, ਅਤੇ ਇਹਦੇ ਨਾਲ ਜ਼ੋਰ ਜਿਹੜਾ ਸਹੀ ਪਕੜ ਕਰ ਜਾਏਗਾ। ਲਾ ਕੇ ਇਹਦੇ ਉੱਤੇ ਜਨਾਬ ਇਹ ਮਜੂਨ ਹੁਣ ਖਿੱਚਣ ਲੱਗੇ। ਇਹਦੇ ਨਾਲ ਜੁਆਇੰਟ ਜਿਹੜਾ ਸਹੀ ਪਕੜ ਕਰ ਜਾਂਦਾ, ਬਾਅਦ 'ਚੋਂ ਪਾੜਦਾ ਨਹੀਂ ਹੈ। ਲਓ ਜਨਾਬ ਇਹ ਜੁਆਇੰਟ ਤੁਹਾਡਾ ਜਿਹੜਾ ਕਲੀਅਰ ਹੋ ਗਿਆ, ਲੱਗ ਗਿਆ। ਅਸਲਾਮ ਅਲੈਕੁਮ ਜੀ, ਕੀ ਹਾਲ ਹੈ? ਸਾਰੇ ਠੀਕ ਠਾਕ ਹੋ ਭਰਾ? ਇਹ ਜਨਾਬ ਆਈ ਤੁਹਾਨੂੰ ਆਉਂਦੇ ਹਾਂ ਕਿ ਜਿਪਸਮ ਬੋਰਡ ਦੇ ਜੁਆਇੰਟ ਕਹਿੰਦੇ ਲਾਈਦੇ ਨੇ। ਇਹ ਸਾਦਾ ਜੁਆਇੰਟ ਹੈ, ਅਤੇ ਇਹ ਤੁਹਾਨੂੰ ਵਹਾਨੇ ਆ ਵੀ ਕਿੰਝ ਲਾਉਂਦੇ। ਪਹਿਲਾਂ ਮਜੂਰ ਲਾਉਣੀ ਹੈ, ਦਰਜ ਵਿੱਚ ਹੁੰਦੀ ਹੈ, ਇਹਦੇ ਵਿੱਚ ਲਾਜ਼ਮੀ ਹਰ ਪਲਾਈ ਦੇ ਵਿੱਚ ਦਰਜ ਹੁੰਦੀ ਹੈ, ਅਤੇ ਦਰਜ ਵਿੱਚ ਮਜੂਰ ਭਰ ਕੇ ਇਹ ਜੁਆਇੰਟ ਟੇਪ ਤੁਹਾਨੂੰ ਲਾ ਕੇ ਵਿਖਾਉਂਦੇ ਹਾਂ ਕਿੰਝ ਲੱਗ। ਜਨਾਬ ਵੇਖਿਓ, ਇਸ ਤੋਂ ਬਾਅਦ ਇਹਦੇ ਜਨਾਬ ਇਹਨੂੰ ਕਵਰ ਕਰਨ ਲਈ ਇਹਦੇ ਉੱਤੇ ਮਜੂਨ ਖਿੱਚਣੀ ਹੈ, ਜਿਹਦੀ ਵਜ੍ਹਾ ਤੋਂ ਇਹ ਜੇ ਪੱਟੀ ਅੱਛੀ ਤਰ੍ਹਾਂ ਜੇ ਨਾ ਪਕੜ ਕਰ ਲਏਗੀ। ਇਹ ਜਿਪਸਮ ਬੋਰਡ ਦਾ ਪਲਾਈ ਦਾ ਓਰਿਜਨਲ ਹਿੱਸਾ, ਕਟਾਈ ਵਾਲਾ ਨਹੀਂ ਹੈ, ਸੈਂਟਰ। ਇਹ ਜਨਾਬ ਲੱਗ ਗਿਆ ਹੁਣ, ਅਤੇ ਇਹ ਸੁੱਕੇਗਾ ਤਾਂ ਇਹਦਾ ਲੈਵਲ ਚੈੱਕ ਕੀਤਾ ਜਾਏਗਾ, ਅਗਰ ਲੈਵਲ ਬਰਾਬਰ ਹੈ ਠੀਕ ਹੈ, ਨਹੀਂ ਤਾਂ ਇਹਦੇ ਉੱਤੇ ਹੋਰ ਮਜੂਨ ਲਾ ਕੇ ਇਹਦਾ ਲੈਵਲ ਬਰਾਬਰ ਕੀਤਾ ਜਾਏਗਾ।